Sardar Bhorai Singh Sandh, who visit his native village Chak 521 gigabytes Ramsar. Special thanks Rana Manzoor Sahib and bros. अस्सलाम वालेकुम, सत श्री अकाल, प्रणाम दोस्तों। मैं नासर कसाणा और तुसी देख रहे हो चैनल एक पिंड पंजाब दा। अज असी पहुंचे चक नंबर 521 गाहबे तहसील जिला टोबा टेक सिंह दे विच, जिथों सरदार बलराज सिंह संधू हुणा दे वड़के 1947 दी वंड तों बाद उठ के गए सीगे। ते अज असी इस पिंड दे विच इन्हां दा घर भी लभ लिया। अगे जाके तुहानूं वीडियो विच असी उन्हां दा घर भी दिखावांगे, ते घर वालिआं ने जो उन्हां नूं पेशकश कीती, जो ऑफर कीती, उह वी तुहाडे रूबरू करांगे जी। साडे नाल जुड़े रहो जी। ਇਹ ਗਾਬੇ ਦੇ ਇਸ ਤਰ੍ਹਾਂ ਚੌਕ ਆ। ਅੱਛਾ, ਹਾਂਜੀ। ਉਹ ਲੋਹਾਰਾ ਤਰਖਾਣਾ ਹੁੰਦਾ, ਦੇਖੋ। ਅੱਛਾ, ਹਾਂਜੀ। ਆਹ ਦਾਤੀਆਂ ਦੁਤੀਆਂ ਬਣਨੀਆਂ, ਜ਼ਰਾ ਲੈ ਆਵੇ ਇਹਨੂੰ। ਇਹ ਵੀ ਕਲਚਰ ਮੁੱਕਦਾ ਜਾ ਰਿਹਾ। ਹੁਣ ਵਾਢੀਆਂ ਆਣੀਆਂ, ਦਾਤੀਆਂ ਬਣਾ ਬਣਾ ਰੱਖੀਆਂ। ਹੋਰ ਬਸ ਵਧੀਆ ਵਧੀਆ ਵਧੀਆ, ਤੁਸੀਂ ਸੁਣਾਓ? ਅੱਲਾ ਦੇ, ਹਾਂ, ਸ਼ੁਕਰ ਸ਼ੁਕਰ। ਹੋਰ ਕੰਮ ਵਿਛੋੜੇ ਪੈਣੇ ਹੀ। ਹਾਂ, ਇਹ ਮਲਾਪ ਹੋ ਗਏ ਨਾ ਹੁਣ। ਮਲਾਪ ਹੋ ਗਿਆ ਮਲਾਪ ਆਪਣਾ ਤੇ ਵੈਸੇ ਵੇਖਣ ਨੂੰ ਦਿਲ ਕਰਦਾ ਸੀ ਮੇਰਾ ਜੰਮਪਾਲ ਕੋਈ 6 ਮਹੀਨੇ ਬਾਅਦ ਦਾ। ਅੱਛਾ, ਮਸਜਿਦ ਵਾਲੀ ਜਗ੍ਹਾ ਹੈ ਨਾ ਇੱਥੇ, ਇੱਕ ਹੁੰਦਾ ਸੀ ਬਹੁਤ ਵੱਡੀ ਡਿੱਗੀ ਕਹਿ ਲੋ, ਤਲਾ ਕਹਿ ਲੋ। ਅੱਛਾ, ਸ਼ਾਮ ਨੂੰ ਆ ਕੇ ਸਰਦਾਰ ਸਾਰੇ ਬਹਿੰਦੇ ਸੀ ਇੱਥੇ, ਇੱਕ ਉਸ ਸਾਈਡ ਤੇ ਸੀਗਾ। ਅੱਛਾ, ਉੱਥੇ ਤਖਪੋਸ਼ ਬਣਾਇਆ ਸੀਗਾ, ਖੱਟਾ ਇੱਕ। ਅੱਛਾ, ਉੱਥੇ ਬਹਿੰਦੇ ਸੀ ਉਧਰਲੇ ਵਾਲੇ ਬੰਨੇ, ਤੇ ਇੱਧਰ ਬਹਿੰਦੇ ਸੀ ਇੱਧਰ ਵਾਲੇ ਬੰਨੇ। ਅੱਛਾ, ਤੇ ਉਹ ਤਖਪੋਸ਼ ਇਦਾਂ ਦੇ ਸੀ ਵੀ ਸ਼ਾਇਦ ਅੱਜ ਦੇ ਮਿਸਤਰੀ ਉਹ ਨਾ ਬਣਾ ਸਕਣ। ਮਿਸਤਰੀ ਕਿਹੜਾ ਸੀ ਉਹਦਾ ਨੀ ਪਤਾ, ਮਿਸਤਰੀ ਦਾ ਨੀ ਪਤਾ ਉਹਨਾਂ ਨੇ ਕਿਹੜਾ ਕੋਈ ਬਣਾਇਆ ਤੇ ਕਿਹੜਾ ਕੋਈ। ਫੱਤਾ ਲੁਹਾਰ ਦਾ ਨਾਂ ਸਾਨੂੰ ਸੁਣਿਆ ਆ। ਫੱਤਾ ਲੁਹਾਰ ਉਹਦਾ ਪੋਤਾ ਸੀਗਾ, ਯਾਰ ਮਨਸ਼ਾ ਨੂੰ ਲਿਆ ਆਵਾਜ਼ ਮਾਰ ਕੇ ਮਰਾਜ ਦਈਏ ਤੁਹਾਨੂੰ। ਮਨਸ਼ਾ ਮਨਸ਼ਾ ਮੁੰਡਾ ਸੀ, ਆਹ ਤੁਹਾਨੂੰ ਮਿਲ ਗਿਆ ਉਹ। ਅੱਛਾ ਅੱਛਾ, ਮਲਬੇ ਸੀਗਾ ਬਾਜ਼ਾਰ ਜਿਹੜੇ ਸੀਗੇ 60-60 ਫੁੱਟ ਦੇ ਸੀ, ਅੰਦਰਲੀ ਗਲੀ 40-40 ਫੁੱਟ ਦੀ ਸੀ, ਬਾਹਰਲਾ ਬਾਜ਼ਾਰ 80 ਫੁੱਟ ਦੇ ਸੀਗੇ। ਅੱਛਾ, ਇਸ ਚੀਜ਼ ਨਾਲ ਕਟਾਈ ਹੋਈ ਸੀ, ਠੀਕ ਆ। ਤੇ ਦੋ ਦੋ ਕਨਾਲ ਦੇ ਹਾਤੇ ਸੀ ਜਿਹਨਾਂ ਦੇ ਵਿੱਚ ਸਰਦਾਰ ਰਹਿੰਦੇ ਸੀਗੇ। ਅੱਛਾ, ਬਹੁਤ ਖੂਬਸੂਰਤ ਸੀ ਜਦੋਂ ਇਹ ਪਿੰਡ, ਬਹੁਤ ਖੂਬਸੂਰਤ ਸੀਗਾ। ਠੀਕ ਹੈ, ਆਬਾਦੀ ਜ਼ਿਆਦਾ ਹੋਣ ਦੇ ਨਾਲ ਹੁਣ ਤਾਂ ਫਿਰ ਆਹ ਕੁਛ ਹੋ ਗਿਆ ਵਾ। ਆਹੋ, ਆਪ ਇੱਕ ਜਿਹੜੇ ਵਿੱਚ ਕਬਜ਼ੇ ਕਰ ਲਏ ਬਣ ਗਏ, ਬਾਜ਼ਾਰ ਮੱਲ ਹੈਗੇ, ਗਾਹ ਨਾਲੀਆਂ ਸੋਲੰਗ ਲੱਗ ਗਿਆ। ਇਹ ਉੱਥੇ ਵੀ ਉਹ ਹਾਲ ਹੀ ਹੈ ਬਾਹਰ, ਹਾਂ, ਉੱਥੇ ਵੀ ਕਬਜ਼ੇ ਬਹੁਤ ਕੀਤੇ ਨੇ ਜਾਏ ਲੋਕਾਂ ਨੇ। ਸਹੀ ਸਹੀ ਸਹੀ, ਹਾਂ, ਇੱਧਰ ਨੂੰ ਆ। ਪਰ ਇਹ ਆ ਸਾਡੇ ਪਿੰਡਾਂ ਦੇ ਵਿੱਚ ਨਾ ਥੱਲੇ ਫਰਸ਼ ਬਹੁਤ ਵਧੀਆ ਲੱਗੇ ਆ, ਸੋਲਿੰਗ ਲੱਗੇ ਆ ਨਾ, ਸੋਲਿੰਗ ਲੱਗੀ ਮਿੱਟੀ ਪਾ ਦਿੱਤੀ, ਦੋ ਦੋ ਵਾਰੀ ਲੱਗ ਗਿਆ, ਫਿਰ ਮਿੱਟੀ ਪਾ ਦਿੰਦੇ। ਬਸ ਬਸ, ਇੱਧਰ ਨੂੰ ਆਓ ਜੀ, ਇੱਧਰ ਨੂੰ। ਇਹ ਵਾ ਗੁਰਦੁਆਰਾ ਤੁਹਾਡਾ। ਅੱਛਾ, ਇਹ ਦੋ ਕਨਾਲ ਵੀ ਸੀਗਾ। ਅੱਛਾ, ਇਹਦੇ ਵਿੱਚ ਜਦੋਂ ਅਸੀਂ ਆਏ ਆ ਉਦੋਂ ਇੱਕ ਪਿੱਪਲ ਦਾ ਬੂਟਾ ਸੀ, ਦੋ ਬੋਹੜ ਦੇ ਬੂਟੇ ਸੀ। ਅੱਛਾ, ਪਰ ਕਿਤੇ ਕਮਾਲ ਦੇ ਬੂਟੇ ਸਭ ਮੇਰੇ ਫੇਰ ਚ ਨਹੀਂ ਸੀ ਆਉਂਦੇ। ਅੱਛਾ, ਤੇ ਇੱਥੇ ਇੱਕ ਡਿੱਗੀ ਸੀ, ਇੱਕ ਖੂਹੀ ਸੀਗੀ। ਅੱਛਾ, ਤੇ ਬਹੁਤ ਖੂਬਸੂਰਤ ਹੋਈ ਆ, ਮਤਲਬ ਉਹਨਾਂ ਨੇ ਸਦੂਕੀ ਛੱਤ ਪਾਈ ਸੀ, ਤੇ ਹੈਗੀ ਕੱਚੀ ਸੀਗੀ, ਤੇ ਨੌਲਿਆਂ ਦੀ ਕੰਧ ਸੀ ਜਿੱਦਾਂ ਕਹਿ ਲਓ, ਹੈਂਜੀ, ਐੜੀਆਂ ਚੌੜੀਆਂ, ਤੇ ਸਦੂਕੀ ਛੱਤ ਸੀ। ਇਹ ਦੋ ਗਲਾਂ ਵਿੱਚ ਇੱਥੇ ਤੁਹਾਡਾ ਗੁਰਦੁਆਰਾ ਸੀ, ਇਹ ਲਾਗੇ ਪਟਵਾਰਖਾਨਾ ਸੀਗਾ। ਅੱਛਾ, ਆ ਜਿੱਥੇ ਹੁਣ ਪਾਠੀਆਂ ਪਈਆਂ ਵਾ। ਠੀਕ ਹੈ, ਸਦੂਕੀ ਛੱਤ ਕਿਹਨੂੰ ਕਹਿੰਦੇ ਆ? ਹੈ, ਇਹ ਜਿਹੜੀ ਛੱਤ ਦਾ ਨਾਂ ਲੈਂਦੇ ਆ, ਸਦੂਕੀ ਛੱਤ ਨੂੰ ਕਹਿੰਦੇ ਵੀ ਇਹ ਫੱਟਾ ਤੇ ਇਹ ਫੱਟਾ, ਉਹਦੇ ਵਿੱਚ ਉਹਨਾਂ ਨੇ ਇੱਕ ਜੋੜ ਇਸ ਤਰੀਕੇ ਨਾਲ ਲਾਇਆ ਹੁੰਦਾ ਸੀ ਤੇ ਉਹ ਮਤਲਬ ਹੈ ਕਿ ਬਹੁਤ ਖੂਬਸੂਰਤ ਜਿਹਾ ਉਸ ਵਕਤ ਦੇ ਮਿਸਤਰੀਆਂ ਨੇ, ਹੁਣ ਨੀ ਕੋਈ ਵੀ ਲਾਉਂਦਾ, ਫੱਟੇ ਜੋੜ ਕੇ ਉਹ ਫੱਟੇ ਸੀਗੇ ਆਪਣੇ ਲੱਕੜੀ ਦੀ ਕੀਲ ਦੀ ਕੈਲ ਦੀ, ਉਸ ਲੱਕੜੀ ਦੇ ਫੱਟੇ ਬਣਾਏ ਸੀ। ਅਸੀਂ ਜਦੋਂ ਆਪਣਾ ਮਕਾਨ ਢਾਇਆ ਨਾ ਤੇ ਸਾਡੇ ਕੋਲ ਇੱਕ ਦਰਵਾਜ਼ੇ ਤੋਂ ਛੱਤਣ ਸੀਗਾ, ਉਹ ਐਡਾ ਮੋਟਾ ਸੀ ਤੇ ਮਤਲਬ ਪੂਰਾ ਲੰਬਾਈ, ਤੇ ਉਹਦੇ ਵਿੱਚ ਅਸੀਂ ਇੱਕ ਅਲਮਾਰੀ ਬਣਾਈ, ਬਹੁਤ ਖੂਬਸੂਰਤ ਸੀ। ਇਹਨਾਂ ਦੀ ਲੱਕੜੀ ਉਹਨਾਂ ਨੇ ਉਸ ਵਕਤ ਦੇ ਵਿੱਚ ਲਾਈ ਸੀਗੀ,
ਚੀਲ ਦੀ ਲੱਕੜੀ, ਕੈਲ ਦੀ ਲੱਕੜੀ। ਅੱਛਾ, ਦਰਵਾਜ਼ੇ ਹੁਣ ਤੁਹਾਨੂੰ ਪੁਰਾਣਾ ਦਰਵਾਜ਼ਾ ਇੱਕ ਸਾਡੇ ਕੋਲ ਹੈਗਾ ਵਾ, ਤੁਹਾਨੂੰ ਦਿਖਾਈਏ ਤੇ ਅੰਦਾਜ਼ਾ ਨੀ ਬੰਦਾ ਕਹਿੰਦਾ ਵੀ ਅੱਜ ਉਹਦਾ ਕੋਈ ਬਣਾ ਦਊਗਾ। ਠੀਕ ਠੀਕ। ਉਹਨਾਂ ਉਹਨਾਂ ਨੇ ਦੋ ਦੋ ਮਰੱਬੇ ਦੇ ਮਾਲਕ ਸੀ ਇੱਥੇ ਉਹ, ਤੇ ਇਹ ਕੁਛ ਬਣਾਇਆ ਸੀ ਉਹਨਾਂ ਨੇ। ਚਲੋ ਆ ਮੁੰਡੇ ਨੂੰ ਘਲਾਇਆ ਉਰੇ, ਆ ਇੱਧਰ ਆ ਜਾਓ। ਆ ਵਾ ਜੀ ਤੁਹਾਡਾ ਹੱਕ ਆ, ਤੇ ਇਹ ਪਿਛਲੇ ਸਾਈਡ ਨੂੰ ਆ। ਪਿਛਲੀ ਸਾਈਡ ਨੂੰ ਆ ਬਹੁਤ, ਉਦੋਂ ਦੇ ਮਕਾਨ ਅਗਰ ਤੁਹਾਨੂੰ ਦੱਸੀਏ ਤਾਂ ਅੱਜ ਕੋਈ ਨੀ ਬਣਾ ਸਕਦਾ, ਕੋਈ ਮਿਸਤਰੀ ਉਹਨਾਂ ਮਕਾਨਾਂ ਨੂੰ ਉਦਾਂ ਦਾ ਨਹੀਂ ਬਣਾ ਸਕਦਾ ਜਿੱਦਾਂ ਦੇ ਉਹ ਮਕਾਨ ਅਸੀਂ ਦੇਖੇ ਆਪਣੀ ਅੱਖ ਨਾਲ। ਠੀਕ ਹੈ, ਬਰਾਂਡੇ ਅਗਲੇ ਬਣੇ ਤੇ ਮਕਾਨ ਪਿਛਲੇ ਬਣੇ, ਉੱਥੇ ਜੋ ਛੱਤ ਪਾਈ ਸੀਗੀ ਉਹ ਸਾਡੀ ਸਮਝ ਤੋਂ ਬਾਹਰ ਗੱਲ ਹੈਗੀ ਆ ਵੀ ਉਸ ਵਕਤ ਦੇ ਵਿੱਚ ਇੰਨੇ ਹਾਲਾਤ ਕਮਜ਼ੋਰ ਹੋਣ ਦੇ ਬਾਵਜੂਦ ਵੀ ਇੱਦਾਂ ਦਾ ਮਕਾਨ ਕਿੱਦਾਂ ਕਿੱਦਾਂ ਬਣਾਇਆ ਉਹਨਾਂ ਨੇ। ਪੁਰਾਣੇ ਮਕਾਨ ਸਲੀਮ ਕਿਲੇ ਵਾਲੇ, ਸਲੀਮ ਕਿਲੇ ਵਾਲੇ ਦੇਖਣੇ ਤੇ ਪੁਰਾਣੇ ਦਿਖਾ ਦਿੰਦੇ ਆ, ਹੈਗੇ ਜੀ ਅੰਦਰ ਜਾਣਾ ਜੀ। ਇਹ ਵੀ ਤਿੰਨਾਂ ਭਰਾਵਾਂ ਦੇ ਸੀਗੇ ਸਾਰੇ, ਤੇ ਯਾਰ ਇਹ ਨਜ਼ੀਰ ਅਸਲਾਮੁਅਲੈਕੁਮ, ਉਹ ਬੰਦੇ ਆਏ ਸਰਦਾਰ ਜਿਹੜੇ ਇੱਥੇ ਰਹਿੰਦੇ ਸੀਗੇ, ਉਹ ਕਹਿੰਦੇ ਸਾਨੂੰ ਜਗ੍ਹਾ ਦਿਖਾਓ ਸਾਡੇ ਵੱਡਿਆਂ ਦੀ, ਆ ਜਾਓ। ਅੱਛਾ, ਉਹਨਾਂ ਨੂੰ ਸਾਰੀ ਜਗ੍ਹਾ ਦਿਖਾ ਲਈ ਜਿੰਨੀ ਜਿੰਨੀ ਹੈਗੀ ਹੈ। ਭੈਣ ਨੂੰ ਵੀ ਆ ਲਵੇ, ਬਾਜੀ ਨੂੰ ਵੀ ਦਿਖਾਓ ਨਾ। ਇਹ ਆ ਤੁਹਾਡੀ ਇਸ, ਇਹ ਹੈ ਨਵਾਂ ਨਵੇਂ ਮਕਾਨ ਜਿਹੜੇ ਤੁਹਾਡੇ ਸੀ ਉਹ ਢਾ ਦਿੱਤੇ ਸੀ, ਉਹ ਤਾਂ ਢਾਈ ਜਾਂਦੇ ਸੀ, ਇੱਥੇ ਸੀਗੇ। ਅੱਛਾ, ਮਕਾਨ ਇੱਥੇ ਸੀਗੇ ਤੇ ਅਗਲੇ ਬੰਨੇ ਬਰਾਂਡਾ ਸੀ। ਹਾਂਜੀ ਹਾਂਜੀ, ਜਿਹੜੇ ਉਹ ਸੀ ਮਕਾਨ। ਅੱਛਾ, ਲੰਮੇ ਸੀ ਨਾ, ਪੁੱਛ ਲਾ ਨਾ ਸਰਦਾਰ ਸਾਹਿਬ ਨੂੰ ਚਾਹ ਪਕਾ। ਨਹੀਂ ਨਹੀਂ ਕੋਈ ਨੀ, ਚਾਹ ਹੁਣ ਫੁਲਕਾ ਛੱਕ ਕੇ ਆਏ ਫਿਰ ਦੇਖਦੇ ਹਾਂ। ਅੱਛਾ, ਚਾਹ ਤੋਂ ਤੁਹਾਡੀ ਆ ਹੀ ਜਿਹੜੀ ਆ ਮਿਲ ਰਹੀ ਹੈ ਨਾ, ਪਿਆਰ ਮਿਲ ਰਿਹਾ ਚਾਹ ਤੋਂ ਹੀ ਜ਼ਿਆਦਾ ਸਾਡੇ ਕੋਲ। ਤੁਸੀਂ ਰਹੋ ਤੇ ਫਿਰ ਮਜ਼ਾ ਤਾਂ ਫੇਰ ਸ਼ਾਮ ਨੂੰ ਫੋਟੋ ਜਦੋਂ ਦੂਜੀ ਵਾਰ ਆਵਾਂਗੇ ਨਾ ਫਿਰ ਰਾਤ ਰਹਿ ਕੇ ਜਾਵਾਂਗੇ। ਅੱਛਾ ਠੀਕ ਹੋ ਗਿਆ, ਠੀਕ ਹੋ ਗਿਆ। ਪਹਿਲੋਂ ਇਹ ਮੈਨੂੰ ਦੱਸੋ ਕਿ ਕਬਜ਼ਾ ਕਿੰਨੇ ਕੀਤਾ ਸਾਡੇ ਘਰ, ਉਹ ਬੰਦਾ ਲਿਆਓ ਇੱਥੇ। ਹੁਣ ਅਸੀਂ ਆ ਗਏ ਲੈਣ ਤੇ ਹੁਣ ਤੇ ਦੇਣਾ ਪੈਣਾ, ਜੇ ਦੇ ਦਿਓਗੇ ਚਲੋ ਫਿਰ ਫਿਰ ਮੰਨ ਗਿਆ ਵੀ। ਅਸੀਂ ਤੁਹਾਨੂੰ ਜੀ ਬਹੁਤ ਬੜੇ ਮਹਿਮਾਨ ਸਮਝ ਕੇ ਸਭ ਕੁਛ ਛੱਡਾਂਗੇ। ਧੰਨਵਾਦ, ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੰਨਾ ਪਿਆਰ ਨਾਲ ਸਾਨੂੰ ਮਿਲਦੇ ਆ, ਖੁਸ਼ੀ ਬਹੁਤ ਪਿਆਰ ਹੈ। ਇੱਕ ਮਿੱਟੀ ਦੇ ਸੀ, ਖੁਸ਼ੀ ਬਹੁਤ ਆਉਂਦੀ ਸਾਨੂੰ ਦੇਖ ਕੇ ਨਾ, ਅਸੀਂ ਇੱਕ ਮਿੱਟੀ ਦੇ ਆ, ਇੱਕੋ ਮਿੱਟੀ ਆ ਸਾਰੇ ਇਨਸਾਨ, ਇੱਕ ਮਿੱਟੀ ਦੇ। ਹਾਂਜੀ 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 ਹਾਂਜੀ, ਇਹ ਤਾਂ ਅੱਗਿਓ ਵੀ ਦੇਖ ਲਓ। ਹਾਂ ਚਲੋ ਸਾਰਾ ਕਰ ਦੇ ਪੰਸੇ, ਦੇਖੋ ਦੇਖੋ ਜੀ ਨਾਲੇ ਤੁਸੀਂ ਵੀਡੀਓ ਬਣਾ ਦਿਓ ਸਾਰੇ ਦੀ ਸਾਡੇ ਨਾ। ਭੈਣ ਜੀ ਸਲਾਮ ਅਲੈਕੁਮ। ਦਿਲ ਸਦਕੇ ਤੇਜੀ ਆਇਆ ਨੂੰ ਸੋਹਣੀ ਪੱਗ ਵਾਲੇ ਸਰਦਾਰਾਂ ਨੂੰ ਅਸੀਂ ਗੱਭਰੂਆਂ ਪੰਜਾਬ ਦੇ ਨਹੀਂ ਭੁੱਲਦੇ ਵਿਛੜਿਆਂ ਯਾਰਾਂ ਨੂੰ, ਇਸ ਲਈ ਤੇ ਖੋਲ ਦਿੱਤਾ ਅਸੀਂ ਇਹਨਾਂ ਦੇ ਵੀ ਇੰਨਾ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਵੀ ਜਿਹੜਾ ਇਹਨਾਂ ਨੇ ਇੰਨਾ ਹੁਣ ਇਹਦੀ
ਸਾਂਭ ਸੰਭਾਲ ਕੀਤੀ ਆ ਤੇ ਉਹ ਅੱਗੇ ਨਾਲੋਂ ਵੀ ਕਿੰਨਾ ਸੋਹਣਾ ਬਣਾ ਦਿੱਤਾ ਬਹੁਤ 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 ਖੁਸ਼ੀ ਹੋਈ ਆ ਕਈ ਅਸੀਂ ਕਈ ਜਿਹੜੇ ਉੱਧਰੋਂ ਆਉਂਦੇ ਬੰਦੇ ਅਸੀਂ ਦੇਖਦੇ ਉਹਨਾਂ ਦੇ ਘਰ ਜਿਹਨੂੰ ਢੱਠੇ ਜਿਹੇ ਦਿਖਦੇ ਆ ਨਾ ਤੇ ਚਲੋ ਆਉਂਦੇ ਤੇ ਮਿੱਟੀ ਨੂੰ ਦੇਖਣ ਆ ਪਰ ਸਾਨੂੰ ਤਾਂ ਖੁਸ਼ੀ ਹੋਈ ਵੀ ਇੰਨਾ ਸੋਹਣਾ ਘਰ ਇਹਨਾਂ ਨੇ ਸਾਡਾ ਜਿਹੜਾ ਬਣਾ ਕੇ ਰੱਖਿਆ ਆ ਹਾਂ ਤੇ ਬਹੁਤ ਬਹੁਤ ਹੀ ਵਧੀਆ ਗੱਲ ਕੀਤੀ ਹੈ ਉਹ ਬੜਾ ਚੰਗਾ ਲੱਗਾ ਸਾਨੂੰ ਹਾਂਜੀ ਸਰਦਾਰ ਸਾਹਿਬ ਦੇਖ ਲਾ ਹੁਣ ਉਹ ਬਜ਼ੁਰਗਾਂ ਨੇ ਤੇ ਉਹਨਾਂ ਨੇ ਦੇ ਹੀ ਦਿੱਤਾ ਸਾਨੂੰ ਹੁਣ ਇਹ ਪੰਜਾਬ ਦੇ ਆ ਮੁਹੱਬਤ ਨਹੀਂ ਬਹੁਤ ਬਹੁਤ ਬਜ਼ੁਰਗਾਂ ਨੇ ਪਿਆਰ ਇੱਥੋਂ ਗਏ ਆ ਇਹਨਾਂ ਦੇ ਵੱਡੇ ਵਡੇਰੇ ਇੱਥੋਂ ਗਏ ਆ ਖਾਣਾ ਖਾ ਉਦੋਂ ਖਾ ਕੇ ਆਏ ਹੁਣ ਖਾਣਾ ਖਾ ਲਿਆ ਤੁਹਾਡੇ ਇੱਥੋਂ ਖਾਧਾ ਹਾਂ ਤੁਹਾਡੇ ਪਿੰਡ ਚੋਂ ਖਾਧਾ ਹਾਂ ਦੂਜੀ ਵਾਰ ਹੁਣ ਸਾਨੂੰ ਸਾਰਾ ਰਾਹ ਦਾ ਪਤਾ ਲੱਗ ਗਿਆ ਇੱਥੇ ਹੀ ਤੁਹਾਡੇ ਕੋਲ ਖਾਵਾਂਗੇ ਹੁਣ ਬਾਬਾ ਡਾਡਾ ਆਉਂਦੇ ਰਹਾਂਗੇ ਔਰ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਵਾਂਗੇ ਹਾਂ ਅਸੀਂ ਦੋਵੇਂ ਇਹ ਮੇਰੀ ਭੈਣ ਆ ਇਹ ਭੈਣ ਆ ਮੇਰੀ ਤੇ ਅਸੀਂ ਦੋਵੇਂ ਭੈਣ ਭਾਈ ਆਏ ਆ ਦੂਜਾ ਭਰਾ ਛੋਟਾ ਛੋਟਾ ਆ ਉਹਨੂੰ ਵੀ ਦੂਜੀ ਵਾਰ ਲਿਆਵਾਂਗੇ ਨਨਕਾਣੇ ਆਏ ਹੋਏ ਸੀਗੇ ਬਿਲਕੁਲ ਚਲੋ ਇਹਦਾ ਮਤਲਬ ਇਹ ਪਹਿਲੋਂ ਨੀਵਾਂ ਇੰਨਾ ਸੀਗਾ ਤੁਸੀਂ ਉੱਚਾ ਕੀਤਾ ਸਾਡੇ ਵੀ ਹੁਣ ਜਿੰਨੇ ਘਰ ਅਸੀਂ ਉੱਥੇ ਬਣਾਉਣੇ ਆ ਨਾ ਉੱਚੇ ਫਿਰ ਭਰਤੀ ਪਾ ਕੇ ਫਿਰ ਬਣਦੇ ਹਾਂ ਚਲੋ ਉਹ ਰੱਖਣਾ ਪੈਂਦਾ ਉੱਥੇ ਡੰਗਰਾਂ ਵਾਸਤੇ ਰੱਖਣਾ ਪੈਂਦਾ ਨਹੀਂ ਨਹੀਂ ਬਹੁਤ 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 ਸੋਹਣਾ ਬੜਾ ਰੂਹ ਖੁਸ਼ ਹੋਈ ਹੈ ਦੇਖ ਕੇ ਹਾਂ ਉਹ ਪਰੇ ਤਾਂ ਹੀ ਆ ਨਾ ਅੱਛਾ ਇਸ ਕੰਨ ਤੱਕ ਮੈਂ ਕਹਿੰਦਾ ਨਾਲ ਰਲਾ ਲਈ ਉਹ ਵੀ ਆਏ ਆਹੋ ਨਾਲ ਰਲਦਾ ਰਲਾ ਲਈਏ ਆ ਜਾਓ ਹਾਂ ਵਧੀਆ ਚਲੋ ਹੁਣ ਤੁਹਾਨੂੰ ਤੁਹਾਡੇ ਬਜ਼ੁਰਗਾਂ ਦੀ ਪੁਰਾਣੀ ਨਿਸ਼ਾਨੀ ਦਿਖਾਉਣੀ ਆ ਚਲੋ ਫਿਰ ਤੁਸੀਂ ਜਿੱਦਾਂ ਜਿੱਦ ਨੂੰ ਜਾਣਾ ਫਿਰ ਦੱਸਿਓ ਠੀਕ ਆ ਇੱਧਰ ਨੂੰ ਜਾਂਦੇ ਲੋ ਇੱਧਰਲੇ ਘਰ ਕਿੰਨਾ ਦੇ ਸੀਗੇ ਇੱਧਰਲੇ ਘਰ ਕਿੰਨਾ ਦੇ ਸੀ ਉਦੋਂ ਇਹ ਘਰ ਸਾਨੂੰ ਨਹੀਂ ਪਤਾ ਕਿੰਨਾ ਦੇ ਸਾਨੂੰ ਉਹਨਾਂ ਤਿੰਨਾਂ ਦਾ ਹੀ ਪਤਾ ਸਾਲਦਾਰ ਦਾ ਹਰਜਨ ਸਿੰਘ ਦਾ ਤੇ ਦੂਲਾ ਸਿੰਘ ਦਾ ਅੱਛਾ ਅਸੀਂ ਪੰਜਵੀਂ ਪੰਜ ਛੇ ਸਾਲ ਦੇ ਸੀਗੇ ਜਦੋਂ ਅਸੀਂ ਆਏ ਹਾਂ ਠੀਕ ਰਸਾਲਦਾਰ ਦਾ ਕਿਹੜੇ ਬਣੇ ਸੀ ਰਸਾਲਦਾਰ ਦਾ ਉੱਧਰ ਹੀ ਲੱਗ ਜਾਂਦੇ ਤੁਹਾਨੂੰ ਅੱਛਾ ਅੱਛਾ ਆ ਗੁਰਦੁਆਰਾ ਤੁਹਾਡਾ ਬਹੁਤ ਸਕੀਮ ਨਾ ਉਦੋਂ ਪਿੰਡ ਬਣਾਏ ਅੰਗਰੇਜ਼ਾਂ ਨੇ ਨਾ ਕਿਸ ਤਰ੍ਹਾਂ ਲੱਗਾ ਆਪਣੇ ਪਿੰਡ ਆ ਕੇ ਪਿੰਡ ਦਾ ਮੈਨੂੰ ਵੇਖੋ ਜੀ ਮੇਰਾ ਦਿਲ ਹੈ ਨਾ ਉਛਲ ਉਛਲ ਕੇ ਜਾਂਦਾ ਇੰਨਾ ਖੁਸ਼ੀ ਹੋ ਗਈ ਆ ਤੇ ਫਿਰ ਇਹ ਇੰਨਾ ਪਿਆਰ ਕਰਦੇ ਆ ਜਿੱਥੇ ਸਾਡੇ ਬਜ਼ੁਰਗਾਂ ਦੇ ਪੈਰ ਪਏ ਸੀ ਉਹ ਜਗ੍ਹਾ ਦੇਖ ਲਈ ਆ ਉੱਥੋਂ ਮੱਥਾ ਟੇਕ ਲਿਆ ਤੇ ਬਹੁਤ ਖੁਸ਼ੀ ਹੁੰਦੀ ਹੈ ਗੁਰਦੁਆਰਾ ਸਾਹਿਬ ਸੀ ਇੱਥੇ ਆਬਾਦ ਕਰਦੇ ਸੀ ਜੋ ਕੁਛ ਵੀ ਕਰਦੇ ਸੀ ਇੱਥੇ ਕਰਦੇ ਸੀ ਬਿਲਕੁਲ ਬਿਲਕੁਲ ਪਹਿਲੋਂ ਜਦੋਂ ਉਥੋਂ ਤੁਰਨ ਲੱਗਿਆ ਪਤਾ ਨੀ ਲੋਕ ਕਹਿੰਦੇ ਪਤਾ ਨੀ ਨਾ ਜਾਇਓ ਪਾਕਿਸਤਾਨ ਨਾ ਜਾਇਓ ਪਰ ਪਾਕਿਸਤਾਨ ਹਾਂ ਪਾਕਿਸਤਾਨ ਤੇ ਇੱਥੇ ਇੰਡੀਆ ਚ ਨੀ ਸਾਨੂੰ ਪਿਆਰ ਕਰਦੇ ਜਦੋਂ ਹੁਣ ਬਾਹਰੋਂ ਅਸੀਂ ਆਉਂਦੇ ਨਾ ਬਾਹਰਲੇ ਮੁਲਕ ਚੋਂ ਉਹਨਾਂ ਪਿਆਰ ਸਾਨੂੰ ਉਹ ਨੀ ਕਰਦੇ ਜਿੰਨਾ ਇੱਥੇ ਮਿਲ ਰਿਹਾ ਸੱਤ ਮਸਜਿਦਾਂ ਸੱਤ ਪਿੰਡ ਕਾਫੀ ਵੱਡਾ ਹੋ ਗਿਆ ਪੰਜਾਂ ਮਰਾਂ ਵਿਆਹ ਚ ਸਾਡੇ ਮੁਰੱਬੇ ਕਿਹੜੇ ਬਣੇ ਸੀ ਸਾਡੇ ਜੀ ਮੁਰੱਬੇ ਕਿਹੜੇ ਬਣੇ ਸੀਗੇ ਤੁਹਾਡੇ ਹਾਂ ਉਹ ਵੀ ਪਤਾ ਇੱਕ ਮੁਰੱਬਾ ਜਿੱਥੋਂ ਅਸੀਂ ਆਏ ਹਾਟਾ ਉਹਨਾਂ ਦੇ ਕੋਲ ਸੀ ਇਸ ਸਾਈਡ ਦੇ ਅੱਛਾ ਤੇ ਆਹ ਭੱਠਿਆ ਜੀ ਪੂਰੀ ਅੱਛਾ ਇਹ ਵੀ ਉਹਨਾਂ ਦੀ ਸੀਗੀ ਅੱਛਾ ਆਹ ਜੀ ਅਗਲੇ ਪਿਛਲੇ ਬੰਨੇ ਆ ਜਾਓ ਪਿਛਲੇ ਬੰਨੇ
पुरानी बिल्डिंग अच्छा जो ते वे छट के गए ना हाँ जी ये जे मौजूद वा अच्छा इथे एक सप बनाया सी एदे उत्ते अच्छा वो शायद पुरानी उन्होंने इन्हें टुट गया वा अच्छा वो अजे तक मौजूद सीगा अच्छा ये है तुहाडी पुरानी बिल्डिंग जदों इस चले गए वो बना के वो गए सी ते अजे तक मौजूद आ इहदे अंदर जिहड़ा सीमेंट लगाया ना हाँ। अजे तक मौजूद आ ठीक उस तरीके नाल ठीक ठीक ए दरवाजे भी किसे उस वेले दे तो नहीं 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 ये नहीं दरवाजे उधर ओ दरवाजे हैं अच्छा नहीं ये मेरा ख्याल लाए थे उन्होंने यार सरदार होना मिया सरदार क्या लाए हैं ओ दरवाजे नहीं ओ दरवाजे जेड़े हैं उस हाड़े को जेड़ा दरवाजा उसे लगाया सिगा पुराना ओ सी दरवाजे उधर ओ तो उसे ओ तो इतना दे बंदे थे अपने उधर होना नहीं है ना ये बेल एकदम मिठाई थे ना मॉडल पुराना मॉडल आई तो 76 साल पहले दा मॉडल बनाया ना हाजरा ये वो बना के गए थे उस वक्त आज तो 70 साल पहले या 75 साल पहले वो मॉडल जरा बनाया ये छत्ता काफी नीमियां होंगे मनेरा इन्हों का उच्चा होंगे रसालदार देखना या वापस जाना नहीं तुसी ओदा ही दस दो केड़े बने सी ओदा घर आ जो पिछले बने बाजार आ चलो ओ भी केड़ा उसी तरह होना नहीं ओ भी इस तरीके नवे नवे अपने फंड फुंड के मकान बना ले ओदा फिर आपा की देखना आ सिर्फ एहो ही आ बिल्डिंग एक जेड़ी पुरानी है चलो ਤੁਹਾਡੇ ਵਕਤ ਦੀ ਤੁਹਾਡੇ ਬਜ਼ੁਰਗਾਂ ਦੇ ਵਕਤ ਦੀ ਠੀਕ ਠੀਕ ਹੁਣ ਵਾਪਸ ਘਰ ਜਾਣਾ ਹੁਣ ਵਾਪਸ ਚਲੀਏ ਕਸਾਣਾ ਸਾਹਿਬ ਕਿੱਧਰ ਨੂੰ ਜਾਣਾ ਇੱਧਰ ਜੀ ਆਜੋ ਚਲੋ ਜੀ ਆਓ ਚਲੋ ਆਜੋ ਚਲੋ ਇੱਥੇ ਸਕੂਲ ਵੀ ਹੈਗਾ ਕੋਈ ਅੱਛਾ ਅੱਛਾ ਉਹ ਕਿਹੜੇ ਬੰਨੇ ਆ ਪਿੰਡ ਦੇ ਬਾਹਰਲੇ ਪਾਸੇ ਕਬਰਸਤਾਨ ਵਾਲੀ ਸਾਈਡ ਅੱਛਾ ਕਾਫੀ ਬੱਚੇ ਪੜ੍ਹਦੇ ਹੋਣੇ ਦੋ ਸਕੂਲਾਂ ਚ ਹਾਂਜੀ ਕਾਫੀ ਪਿੰਡ ਬਹੁਤ ਬੜਾ ਸਾਡਾ ਇਸ ਜੂਨੀਅਰ ਕਾਉਂਸਲ ਦੇ ਵਿੱਚ ਸਾਡਾ ਪਿੰਡ ਬੜਾ ਹੋਇਆ ਕਿੰਨੀ ਆਬਾਦੀ ਇੱਥੋਂ ਦੀ ਇੱਥੇ ਦੀ ਆਬਾਦੀ ਹੈ ਜੀ 54 ਮਰਬਿਆਂ ਚ ਅੱਛਾ ਅੱਛਾ ਤੇ ਨਹੀਂ ਵੋਟ 4100 ਸਾਡਾ ਵੋਟ 4100 ਵੋਟ ਹੋਰ ਪਿੰਡਾਂ ਦੇ ਕਿਸੇ ਦਾ 1000 ਕਿਸੇ ਦਾ 1500 ਕਿਸੇ ਦਾ 2000 ਅੱਛਾ 2000 ਤੋਂ ਵੱਧ ਨਹੀਂ ਦਾ ਨੰਬਰਦਾਰੀਆਂ ਕਿੰਨੀਆਂ ਇੱਥੇ ਤਿੰਨ ਨੰਬਰਦਾਰੀਆਂ ਪੰਜੇ ਦੇ ਕਿਹਦੇ ਕੋਲ ਇੱਕ ਨਜੀਰ ਸਿੰਘ ਲੰਬੜਦਾਰ ਆ ਅੱਛਾ ਜੀ ਇੱਕ ਵਕਾਰ ਲੰਬੜਦਾਰ ਆ ਇੱਕ ਉਹ ਦੂਜੇ ਦਾ ਕੀ ਨਾਮ ਜਿਹੜਾ ਨਵਾਂ ਮੁੰਡਾ ਹੋਇਆ ਬਲਾਲ ਲੰਬੜਦਾਰ ਰਾਜਪੂਤ ਦਾ ਘਰਾਂ ਹੀ ਇੱਕ ਰਾਜਪੂਤ ਦੋ ਰਹਿ ਆ ਵੀ ਦਰਵਾਜ਼ਾ ਕੋ ਪੁਰਾਣੇ ਵਕਤ ਅਰਜਨ ਸਿੰਘ ਵਾਲਾ ਵੀ ਹੱਥਾਂ ਦੇਖਣਾ ਆ ਦਰਵਾਜ਼ਾ ਨਹੀਂ ਉਹ ਨਹੀਂ ਆਪਾਂ ਆ ਦਰਵਾਜ਼ਾ ਪੁਰਾਣੇ ਵਕਤ ਦਾ ਬਾਕੀ ਓਵਰਆਲ ਅਗਰ ਪਾਕਿਸਤਾਨ ਦੀ ਗੱਲ ਕਰੀਏ ਜਿੱਦਾਂ ਤੁਸੀਂ ਹੁਣ ਸਿਰੇ ਤੁਰੇ ਆ ਤੁਹਾਨੂੰ ਕਿਹੋ ਜਿਹਾ ਲੱਗਾ ਕਿਹੜੀ ਚੀਜ਼ ਬਹੁਤੀ ਕਿਸ ਪੱਖੋਂ ਜਾਂ ਮਤਲਬ ਬਹੁਤ ਚੀਜ਼ ਵਧੀਆ ਲੱਗੀ ਆ ਪਾਕਿਸਤਾਨ ਦੇ ਵਿੱਚ ਵਧੀਆ ਤੇ ਮੈਨੂੰ ਇੱਕ ਤੇ ਫੂਡ ਵਧੀਆ ਅੱਛਾ ਪਾਕਿਸਤਾਨ ਦਾ ਹਾਂ ਦੂਜੇ ਜੇ ਰੋਡ ਸਿਸਟਮ ਆ ਪਿੰਡਾਂ ਦਾ ਚਲੋ ਸਾਰੇ ਇੱਥੇ ਉੱਥੇ ਵੀ ਇਦਾਂ ਇਦਾਂ ਦਾ ਪਰ ਜਿਹੜਾ ਮੋਟਰਵੇ ਸਿਸਟਮ ਆ ਤੁਹਾਡਾ ਮੇਨ ਜਿਹੜੇ ਰੋਡ ਹਾਂ ਮੇਨ ਰੋਡ ਜਿਹੜੇ ਨਾ ਉਹ ਕਮਾਲ ਦੇ ਉਹ ਤਾਂ ਉਹ ਬੰਦਾ ਜਦੋਂ ਉਹਦੇ ਤੇ ਚੜ ਜਾਂਦਾ ਨਾ ਉਹਨੂੰ ਇਦਾਂ ਲੱਗਦਾ ਵੀ ਜਿੱਦਾਂ ਮੈਂ ਅਮਰੀਕਾ ਕੈਨੇਡਾ 'ਚ ਫਿਰਦਾ ਇੰਨੇ ਵਧੀਆ ਹੈ ਔਰ ਉਹਨਾਂ 'ਤੇ ਜਿਹੜੇ ਰੈਸਟ ਏਰੀਆ ਬਣੇ ਆ ਉਹ ਵੀ ਬਾ ਕਮਾਲ ਹੈ ਉਹ ਬਾਹਰ ਵੀ ਇਸ ਬਾਹਰ ਨਾਲੋਂ ਵੀ ਕਈ ਵਾਰੀ ਕਈ ਕਈ ਜਗ੍ਹਾ ਇੱਦਾਂ ਦੇ ਵੀ ਉੱਥੇ ਬਾਹਰ ਨਾਲੋਂ ਵਧੀਆ ਬਣੇ ਅਤੇ ਇੱਦਾਂ ਦੀਆਂ ਚੀਜ਼ਾਂ ਬਾਕੀ ਲੋਕਾਂ ਦਾ ਪਿਆਰ ਜਿੰਨਾ ਇੱਥੇ ਆ ਬਣ